ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਪਿੰਡ ਦੇ ਹੀ ਇੱਕ ਨਸ਼ੇੜੀ ਵਿਅਕਤੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤੇ ਕਿਹਾ ਜਾ ਰਿਹਾ ਕਿ ਜੋ ਖਿੜਕੀ ਦੇ ਵਿੱਚ ਸ਼ੀਸ਼ੇ ਲੱਗੇ ਹੋਏ ਸੀ ਉਹਨਾਂ ਨੂੰ ਤੋੜ ਕੇ ਚੋਰ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦਾ ਅਤੇ ਗੋਲਕ ਨੂੰ ਤੋੜ ਕੇ ਜੋ ਉਸਦੇ ਅੰਦਰ ਸਾਰਾ ਚੜਾਵਾ ਹੁੰਦਾ ਉਹ ਆਪਣੇ ਨਾਲ ਲੈ ਜਾਂਦਾ। ਹਾਲਾਂਕਿ ਉਸ ਨਸ਼ੇੜੀ ਦੇ ਉੱਤੇ ਇਹ ਵੀ ਇਲਜ਼ਾਮ ਲੱਗੇ ਨੇ ਕਿ ਜਦੋਂ ਉਸਦੇ ਵੱਲੋਂ ਚੋਰੀ ਕੀਤੀ ਗਈ ਤਾਂ ਉਸ ਸਮੇਂ ਉਸਦੇ ਪੈਰਾਂ ਦੇ ਵਿੱਚ ਬੂਟ ਵੀ ਜੋ ਸੀ ਉਹ ਪਾਏ ਹੋਏ ਸੀ ਤੇ ਇਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਹੁਣ ਭਾਰੀ ਰੋਸ ਹੈ ਤੇ ਪੁਲਿਸ ਦੇ ਕੋਲ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੀਸ਼ੇ ਤੋੜ ਕੇ ਪਿੰਡ ਦਾ ਹੀ ਇੱਕ ਸ਼ਖਸ ਕਿਹਾ ਜਾ ਰਿਹਾ ਕਿ ਅੰਦਰ ਦਾਖਲ ਹੁੰਦਾ ਗੋਲਕ ਤੋੜ ਕੇ ਸਾਰਾ ਚੜਾਵਾ ਆਪਣੇ ਨਾਲ ਲੈ ਜਾਂਦਾ। ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਚੋਰੀ ਦੀ ਵਾਰਦਾਤ ਉਸਦੇ ਵੱਲੋਂ ਕੀਤੀ ਗਈ ਤਾਂ ਉਸਦੇ ਪੈਰਾਂ ਦੇ ਵਿੱਚ ਜੋ ਜੁੱਤੇ ਸੀ ਉਹ ਵੀ ਪਾਏ ਹੋਏ ਸੀ ਤੇ ਇਹ ਘਟਨਾ ਸਾਰੀ ਹੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਸ਼ਖਸ ਜੋ ਕਿ ਇਸ ਪਿੰਡ ਦਾ ਹੀ ਦੱਸਿਆ ਜਾ ਰਿਹਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦਾ। ਦਾਖਲ ਹੁੰਦੇ ਸਾਰ ਹੀ ਜੋ ਗੋਲਕ ਹੈ ਉਸਦੇ ਕੋਲ ਜਾਂਦਾ ਅਤੇ ਗੋਲਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਿਹਾ ਜਾ ਰਿਹਾ ਕਿ ਗੋਲਕ ਤੋੜ ਕੇ ਉਹ ਸਾਰਾ ਚੜਾਵਾ ਆਪਣੇ ਨਾਲ ਲੈ ਗਿਆ ਅਤੇ ਸਿੱਖ ਸੰਗਤਾਂ ਦੇ ਵਿੱਚ ਹੁਣ ਇਸ ਘਟਨਾ ਤੋਂ ਬਾਅਦ ਭਾਰੀ ਰੋਸ ਹੈ ਅਤੇ ਪੁਲਿਸ ਦੇ ਕੋਲ ਸਖ਼ਤ ਕਾਰਵਾਈ ਕਰਨ ਦੀ ਮੰਗ ਕਰੀ ਜਾ ਰਹੀ ਹੈ। ਜਦੋਂ ਕੱਲ੍ਹ ਨੂੰ ਅੰਮ੍ਰਿਤ ਵੇਲੇ ਆਪਾਂ ਪ੍ਰਕਾਸ਼ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਤਾਲੇ ਖੋਲ੍ਹਦੇ ਹਾਂ ਅਤੇ ਆਪਾਂ ਵੇਖਿਆ ਕਿ ਤਕਰੀਬਨ ਦਰਬਾਰ ਦੀਆਂ ਸਾਰੀਆਂ ਲਾਈਟਾਂ ਬੰਦ ਨੇ। ਜਦੋਂ ਅਸੀਂ ਇੱਕਦਮ ਲਾਈਟਾਂ ਜਗਾ ਕੇ ਵੇਖਿਆ ਤੇ ਜਿੰਨੀਆਂ ਵੀ ਸੰਗਤਾਂ ਪ੍ਰਕਾਸ਼ ਟਾਈਮ ਪਹੁੰਚਦੀਆਂ ਨੇ ਗੋਲਕ ਟੁੱਟੀ ਹੋਈ ਸੀ ਤੇ ਸਾਰਾ ਜਿੰਨਾ ਵੀ ਸਾਜੋ ਸਮਾਨ ਨੇੜੇ ਦਾ ਪਿਆ ਪ੍ਰਕਾਸ਼ ਅਸਥਾਨ ਦੇ ਉੱਤੇ ਉਹ ਸਾਰਾ ਖਿਲ ਰਿਹਾ ਹੋਇਆ ਸੀ। ਜਦੋਂ ਅਸੀਂ ਅਗਾਂਹ ਵੱਧ ਕੇ ਵੇਖਿਆ ਤੇ ਸੱਚਖੰਡ ਦਾ ਜਿੱਥੋਂ ਐਂਟਰੀ ਕੀਤੀ ਉਹ ਬਾਰੀ ਦਾ ਸ਼ੀਸ਼ਾ ਤੋੜ ਕੇ ਤੇ ਉਹ ਤੋਂ ਬਾਅਦ ਸੱਚਖੰਡ ਨੂੰ ਲੋਕ ਲੱਗਾ ਸੀ ਉਹਦਾ ਵੀ ਸ਼ੀਸ਼ਾ ਤੋੜਿਆ ਜਾਂਦਾ ਤੇ ਉੱਥੇ ਬਾਅਦ ਵਿੱਚ ਜਦੋਂ ਅਸੀਂ ਸੱਚਖੰਡ ਦੇ ਅੰਦਰ ਮਾਰ ਦੇ ਸਰੂਪ ਵੇਖੇ ਤੇ ਜਿੰਨੀ ਅਲਮਾਰੀ 'ਚ ਅਸੀਂ ਰੁਮਾਲੇ ਸਾਹਿਬ ਰੱਖਦੇ ਹਾਂ ਉਹ ਤਕਰੀਬਨ ਸਾਰੇ ਖਿਲਾਰੇ ਹੋਏ ਸਨ। ਵੱਡੀ ਗੱਲ ਜਿਹੜੀ ਸਾਰੇ ਪਤਵੰਤੇ ਸੱਜਣਾਂ ਵੱਲੋਂ ਕਹੀ ਗਈ ਹੈ ਕਿ ਇਹ ਦੂਜਾ ਅੰਜਾਮ ਸਾਡੇ ਹੀ ਗੁਰਦੁਆਰਾ ਸਾਹਿਬ ਨੂੰ ਪਿਛਲੇ 2-4 ਮਹੀਨਿਆਂ ਵਿੱਚੋਂ ਦਿੱਤਾ ਗਿਆ ਹੈ ਤੇ ਨਸ਼ੇ 'ਚ ਧੋ ਧੋ ਕੇ ਜਿਹੜਾ ਹੈ ਉਹ ਅਨਸਰ ਜਿਹੜਾ ਗੁਰਦੁਆਰਾ ਸਾਹਿਬ ਐਂਟਰੀ ਕਰਦਾ ਬੂਟ ਪਾ ਕੇ ਆਉਂਦਾ ਤੇ ਜਿਹੜੀ ਉਹ ਵਿਦ ਵੀ ਕਰਕੇ ਜਾਂਦਾ ਤੇ ਗੋਲਕ ਦੀ ਚੋਰੀ ਕਰਕੇ ਜਾਂਦਾ। ਇਸ ਕਰਕੇ ਪ੍ਰਸ਼ਾਸਨ ਨੂੰ ਸਾਰਾ ਹੀ ਨਗਰ ਦੇਖੋ ਇੱਥੇ ਇਕੱਠਾ ਹੋਇਆ ਇਹ ਭਾਰੀ ਰੋਸ ਹੈ ਕਿ ਅੱਗੇ ਵੀ ਪਿੰਡ 'ਚ ਇੱਦਾਂ ਦੀਆਂ ਵਾਰਦਾਤਾਂ 4-5 ਹੋ ਚੁੱਕੀਆਂ ਨੇ। ਅਗਾਂਹ ਨੂੰ ਕੱਲ੍ਹ ਨੂੰ ਕੋਈ ਕਤਲ ਹੋ ਜਾਂਦਾ ਜਾਂ ਕੋਈ ਹੋਰ ਵੱਡੀ ਵਾਰਦਾਤ ਹੁੰਦੀ ਹੈ ਗੁਰੂ ਸਾਹਿਬ ਦਾ ਸਰੂਪ ਚੋਰੀ ਹੁੰਦਾ ਕਿਉਂਕਿ ਅਸੀਂ ਗੁਰੂ ਘਰ ਦੇ ਵਜ਼ੀਰ ਹੋਣ ਦੇ ਨਾਤੇ ਪ੍ਰਬੰਧਕ ਕਮੇਟੀਆਂ ਇਸੇ ਕਰਕੇ ਇਕੱਠੀਆਂ ਹੋਈਆਂ ਨੇ ਕਿ ਕੱਲ੍ਹ ਨੂੰ ਪਛਤਾਉਣ ਤੋਂ ਸਾਡੇ ਇਲਾਵਾ ਹੱਥ ਪੱਲੇ ਕੁਛ ਨਹੀਂ ਆਉਣਾ। ਇਸ ਕਰਕੇ ਪ੍ਰਸ਼ਾਸਨ ਬਣਦੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੀਆਂ ਸਲਾਖਾਂ 'ਚ ਸੁੱਟੇ। ਸੋ ਇਹ ਬੇਨਤੀ ਹੈ ਸਾਰੇ ਹੀ ਨਗਰ ਵੱਲੋਂ ਜੀ। ਗੁਰਦੁਆਰਾ ਸਿੰਘ ਸਭਾ ਬੋਹੜ ਸਾਹਿਬ ਦਾ ਮੈਂ ਪ੍ਰਧਾਨ ਹਾਂ, ਸੈਕਟਰੀ ਵੀ ਹਾਂ ਤੇ ਇਸ ਬੰਦੇ ਨੇ ਜੇ ਨਿਸ਼ਾਨ ਸਿੰਘ ਸਨ ਆਫ ਬਖਸ਼ੀਸ਼ ਸਿੰਘ ਇਹਨੇ ਪਹਿਲੇ ਵੀ ਕਾਫੀ ਚੋਰੀਆਂ ਕੀਤੀਆਂ। ਇਸ ਵਾਰ ਚੋਰੀ ਕੀਤੀ ਇਹਨੇ ਜਿਹੜੀ ਇਹ ਪਹਿਲੇ ਸੀਸੀਟੀਵੀ ਕੈਮਰੇ ਇਹਨਾਂ ਪਹਿਲੇ ਬੰਦ ਕਰਕੇ ਖਰਾਬ ਕਰਤੇ ਸੀ। ਇਸ ਵਾਰ ਸੀਸੀਟੀਵੀ ਕੈਮਰੇ ਚੱਲਦੇ ਹੀ ਸੀ ਉਹਦੇ ਵਿੱਚ ਇਹ ਬੰਦਾ ਪਿਓਰ ਸਾਹਮਣੇ ਦਿਖਾਈ ਦੇ ਰਿਹਾ ਵੀ ਇਹ ਬੰਦਾ ਚੋਰੀ ਕਰ ਰਿਹਾ ਤੇ ਇਸ 'ਤੇ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕਿ ਇਸ ਬੰਦੇ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਇਹ 'ਤੇ ਕੀਤੀ ਜਾਏ ਤੇ ਜਲਦੀ ਤੋਂ ਜਲਦੀ ਇਹਨੂੰ ਫੜਿਆ ਜਾਏ। ਚੋਰੀ ਕਿਸ ਟਾਈਮ ਕੀਤੀ ਔਰ ਕਿਸਨੇ ਸਭ ਤੋਂ ਪਹਿਲਾਂ ਜਿਹੜੀ ਚੋਰੀ ਦੇਖੀ? ਇਹ ਸਭ ਤੋਂ ਪਹਿਲੇ ਜਿਹੜੀ ਇਹ ਚੋਰੀ ਦੇ 12-1 ਵਜੇ ਹੋਈ ਹੈ ਤੇ ਸਵੇਰੇ ਆ ਕੇ ਜਦੋਂ ਸਾਡੇ ਹੈੱਡ ਗ੍ਰੰਥੀ ਸਾਹਿਬ ਆਉਂਦੇ ਹਨ ਤੇ ਉਹ ਆ ਕੇ ਦਰਵਾਜ਼ਾ ਖੋਲ੍ਹਦੇ ਆ, ਮੇਨ ਦਰਵਾਜ਼ਾ ਖੋਲ੍ਹਦੇ ਆ ਤੇ ਉਹਦੇ ਅੱਗੇ ਵਿੱਚ ਅੰਦਰ ਜਾਂਦੇ ਜਦੋਂ ਗੁਰਦੁਆਰਾ ਸਾਹਿਬ ਉੱਥੇ ਬਾਬੇ ਕੋਲ ਤੇ ਪੂਰਾ ਖਲਾਰਾ ਪਿਆ ਹੋਇਆ ਸੀ। ਉੱਥੇ ਗੋਲਕ ਤੋੜ ਕੇ ਇਹਨਾਂ ਸਾਰਾ ਜੋ ਫਲੈਕਸ ਬੋਰਡ ਵੀ ਸਾਰੇ ਉੱਥੇ ਲੱਗੇ ਸੀ ਸਭ ਤੋੜ ਛੱਡੇ ਇਹਨਾਂ। ਚੋਰ
ਕੌਣ ਲੱਗਦਾ ਤੁਹਾਨੂੰ ਔਰ ਕਿਸਨੇ ਚੋਰੀ ਕੀਤੀ ਹੈ ਔਰ ਕੀ ਕਿੱਥੋਂ ਦੇ ਨੇ ਉਹ? ਇਹ ਨਿਸ਼ਾਨ ਸਿੰਘ ਜੀ ਪੁੱਤਰ ਬਖਸ਼ੀਸ਼ ਸਿੰਘ ਪਿੰਡ ਜੱਗੋਚੱਕ ਟਾਂਡਾ ਦਾ ਹੀ ਰਹਿਣ ਵਾਲਾ ਹੈ ਔਰ ਕੰਮ ਇਹ ਜਿਹੜਾ ਪਿੰਡ ਗੋਤ ਫੋਕਰ ਵਿਖੇ ਕਰਦਾ ਹੈ ਤੇ ਕਦੇ ਕਦੇ ਜਦੋਂ ਆਉਂਦਾ ਵਾ ਤੇ ਉਦੋਂ ਇਹ ਕੋਈ ਨਾ ਕੋਈ ਕਾਰਵਾਈ ਕਰਕੇ ਜਾਂਦਾ ਹੈ। ਚੋਰੀ ਤੋਂ ਬਾਅਦ ਹੁਣ ਉਹ ਪਿੰਡ 'ਚ ਹੀ ਰਹਿੰਦੇ ਨੇ ਕਿ ਜਾਂ ਫਰਾਰ ਨੇ? ਹੁਣ ਪਿੰਡ ਤੋਂ ਉਹ ਰਾਤ ਦਾ ਹੀ 12:30 ਵਜੇ ਦਾ ਫਰਾਰ ਹੈ ਇੱਥੋਂ। ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਜਿਹੜਾ ਫੜਿਆ ਜਾਏ ਤਾਂ ਕਿ ਸਾਰੇ ਪਿੰਡ ਹੀ ਜਿਹੜਾ ਰੋਸ ਕਰ ਰਿਹਾ ਤੇ ਜਲਦੀ ਜਲਦੀ ਇਹਨੂੰ ਫੜ ਕੇ ਤੇ ਜਲਦੀ ਜਲਦੀ ਇਹਨੂੰ ਜੇਲ੍ਹ ਦੀਆਂ ਸੁਰਾਖਾਂ ਦੇ ਵਿੱਚ ਕੀਤਾ ਜਾਵੇ।